ਮੰਜੇ ਤੇ ਖਿਲਰਿਆ ਹੋਇਆ ਸਮਾਨ, ਅਲਮਾਰੀਆਂ ਦੇ ਟੁੱਟੇ ਹੋਏ ਤਾਲੇ, ਖਾਲੀ ਪਏ ਪਰਸ ਤੇ ਗੋਲਕਾਂ। ਤਸਵੀਰਾਂ ਨੇ ਜਿਸ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਉਹ ਵੀ ਚੋਰ ਉਦੋਂ ਵੜੇ ਜਦੋਂ ਇਹ ਪੂਰਾ ਪਰਿਵਾਰ ਵੈਸ਼ਨੋ ਮਾਤਾ ਮੱਥਾ ਟੇਕਣ ਦੇ ਲਈ ਗਿਆ ਸੀ। ਪਿੱਛੋਂ ਇਹਨਾਂ ਚੋਰਾਂ ਦੇ ਵੱਲੋਂ ਛੱਤ ਦਾ ਦਰਵਾਜ਼ਾ ਤੋੜ ਕੇ ਘਰ 'ਚ ਦਾਖਲ ਹੋ ਕੇ ਕੱਲੀ ਕੱਲੀ ਚੀਜ਼ ਫਰੋਲੀ ਗਈ ਹੈ ਅਤੇ ਘਰ 'ਚ ਪਏ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਲੈ ਕੇ ਨਗਦੀ ਵੀ ਇਹ ਚੋਰ ਆਪਣੇ ਨਾਲ ਲੈ ਗਏ। ਇੱਥੋਂ ਤੱਕ ਕਿ ਚੋਰਾਂ ਨੇ ਬੱਚਿਆਂ ਦੀਆਂ ਗੋਲਕਾਂ ਵੀ ਨਹੀਂ ਬਖਸ਼ੀਆਂ, ਜਿਨ੍ਹਾਂ ਦੇ ਵਿੱਚੋਂ ਸਿੱਕੇ ਤੱਕ ਕੱਢ ਕੇ ਲੈ ਗਏ ਨੇ। ਪਰਿਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਇਹ ਮੱਥਾ ਟੇਕ ਕੇ ਘਰ ਵਾਪਸ ਪਹੁੰਚੇ। ਬਾਹਰੋਂ ਤਾਂ ਤਾਲਾ ਲੱਗਿਆ ਹੋਇਆ ਸੀ, ਪਰ ਅੰਦਰ ਜਦੋਂ ਦਾਖਲ ਹੋਏ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ, ਅਲਮਾਰੀਆਂ ਖੁੱਲੀਆਂ ਪਈਆਂ ਸੀ ਤੇ ਸਭ ਕੁਝ ਗਾਇਬ ਸੀ। ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਬਟਾਲਾ ਸ਼ਹਿਰ ਦੇ ਅੰਦਰ ਇੱਕ ਤੰਗ ਬਾਜ਼ਾਰ ਪਾਂਦੀਆਂ ਮੁਹੱਲੇ ਦੇ ਵਿੱਚ ਇਹ ਚੋਰ ਦਾਖਲ ਹੋਏ। ਘਰ ਦੇ ਬਾਹਰ ਤਾਲਾ ਲੱਗਾ ਹੋਇਆ ਸੀ ਤੇ ਇਹ ਚੋਰ ਛੱਤ ਦੇ ਰਾਹੀਂ ਘਰ ਦੇ ਅੰਦਰ ਦਾਖਲ ਹੁੰਦੇ ਨੇ, ਛੱਤ ਦਾ ਦਰਵਾਜ਼ਾ ਤੋੜਦੇ ਨੇ ਪਹਿਲਾਂ ਤੇ ਫਿਰ ਅੰਦਰ ਵੜ ਕੇ ਅਲਮਾਰੀਆਂ ਤੋਂ ਲੈ ਕੇ ਬਿਸਤਰੇ ਤੱਕ ਫੋਲ ਦਿੰਦੇ ਨੇ। ਕੱਲੀ ਕੱਲੀ ਚੀਜ਼ ਫਰੋਲ ਕੇ ਸੋਨੇ ਚਾਂਦੀ ਦੇ ਗਹਿਣੇ ਤੇ ਨਗਦੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਰੀਬ 35 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਤਸਵੀਰਾਂ ਦੇਖ ਕੇ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਚੋਰਾਂ ਨੇ ਕਿਸ ਹੱਦ ਤੱਕ ਇੱਥੇ ਚੀਜ਼ਾਂ ਨੂੰ ਫਰੋਲਿਆ ਹੈ ਤੇ ਕੱਲੀ ਕੱਲੀ ਚੀਜ਼ ਦੇ ਵਿੱਚੋਂ ਜੋ ਵੀ ਮਿਲਿਆ ਉਹ ਲੈ ਕੇ ਇੱਥੋਂ ਚੋਰ ਰਫੂ ਚੱਕਰ ਹੋਏ ਨੇ। ਇੱਥੋਂ ਤੱਕ ਕਿ ਬੱਚਿਆਂ ਦੀਆਂ ਗੋਲਕਾਂ ਜਿਸ ਦੇ ਵਿੱਚ ਸਿੱਕੇ ਰੱਖੇ ਹੁੰਦੇ ਨੇ ਉਹ ਵੀ ਇਹਨਾਂ ਚੋਰਾਂ ਨੇ ਨਹੀਂ ਛੱਡੇ, ਉਹ ਵੀ ਖਾਲੀ ਕਰਕੇ ਆਪਣੇ ਨਾਲ ਲੈ ਗਏ ਨੇ। ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਜਾਇਜ਼ਾ ਲਿਆ ਹਾਲਾਤਾਂ ਦਾ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਚੋਰਾਂ ਦੀ ਪਛਾਣ ਹੋ ਸਕੇ। ਚੋਰੀ ਹੋ ਗਈ ਸਾਡੇ ਘਰ ਦੇ ਵਿੱਚ, ਸਭ ਕੁਝ ਚੁੱਕ ਲੈ ਗਏ ਨੇ, ਸੋਨੇ ਵੀ, ਸੋਨਾ ਵੀ ਸਾਰਾ ਲੈ ਗਏ, ਚਾਂਦੀ ਵੀ ਲੈ ਗਏ, ਕੈਸ਼ ਵੀ ਲੈ ਗਏ ਸਾਰਾ, ਈਵਨ ਕਿ ਬੱਚਿਆਂ ਦੇ ਬਿਲਕਾਂ ਦੇ ਪੈਸੇ ਵੀ ਲੈ ਗਏ ਆ। ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ। ਅਸੀਂ ਵੈਸ਼ਨੋ ਦੇਵੀ ਗਏ ਸੀ, ਆਪ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਛ ਖੁੱਲਿਆ ਹੋਇਆ। ਕੈਸ਼ 4.5 ਲੱਖ ਸੀ। ਘਰ ਦੇ ਉੱਪਰ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ, ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ, ਸਾਡਾ ਸੋਨਾ, ਸਾਡਾ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਰਾ ਸਮਾਨ ਸੀਗਾ ਸਾਰਾ ਕੁਛ ਲੈ ਗਏ ਜੀ। ਸਾਨੂੰ ਪਤਾ ਹੁਣ 7:30 ਆ ਕੇ ਲੱਗਾ ਇਹਦਾ ਘਰ, ਇਹਦੀ ਲਿਸਟ ਆਪਾਂ ਬਣਾਈ ਆ, ਲਗਭਗ ਵੀ ਨੁਕਸਾਨ ਹੋਣਾ ਵਾ, ਜਿਹੜਾ ਆਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ, ਤੇ ਸਾਡਾ ਦੋ ਬੇਟੀਆਂ ਸੋਨਾ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਅੱਜ ਤੋਂ 25 ਸਾਲ ਪਹਿਲਾਂ, 24 ਸਾਲ ਪਹਿਲਾਂ ਦੇ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੋਗਾ। ਕੈਸ਼ 4.5 ਲੱਖ ਸੀ ਜੀ। ਵੈਸ਼ਨੋ ਵੀ ਗਏ ਸੀ ਆਪਾਂ, ਸ਼ੱਕ ਦੇ ਬਾਰੇ ਮੈਨੂੰ ਸਮਝ ਤੋਂ ਬਾਹਰ ਆ ਸਕਦਾ, ਸਾਰਾ ਕੁਛ ਕੁਛ ਸਮਝ ਲੱਗਦੀ ਪਈ। ਕੰਪਲੇਂਟ ਪੁਲਿਸ ਵਾਲਿਆਂ ਨੂੰ ਦਿੱਤੀ ਸੀਗੀ ਤੇ ਉਹ ਆ ਕੇ ਸਾਰਾ ਲਿਖ ਕੇ ਲੈ ਗਏ ਸਾਰਾ ਕੁਛ।